अच्छा रॉयल किंग वालों तुसी खेडे हो 2016 दे विच, हाँ जी पहला साल, तो उस तो बाद फिर कैनेडा किवें स्वाब बनया, तुहाडा वीजा किन्ने लवाया पहली बारी? मेरा सरबजीत खखर ने कामागाटा मारू च आया सी मैं पहले साल। ओके, उन्होंने सिलेक्ट कीता। हाँ जी, उधरों मैं ओके सी जी खेडिया सी। ओके, टोरंटो। हाँ जी, ते वधिया सीजन रहा जी। फिर अगले साल मैं पंजाब स्पोर्ट च खेडिया 17 च, ते इस करके 18 च मैं रिचमेंट च खेडिया जी। जी, ते 19 च फिर जूस च खेडिया लड्डू भाजी होना लो पिछले साल। हाँ जी, हाँ जी, काफी प्रमोटर किवें लगदा जदों कबड्डी नहीं हो रही तो जदों लीग दा मैसेज पहुंचदा तुहाडे तक लीग हो रही है? जिद्दां भाई कोई बंदा कबड्डी आहती करदा ਉਹ ਤੋਂ ਵੱਡਾ ਰੱਬ ਤੇ ਕਬੱਡੀ ਦਾ ਕੋਈ ਨਹੀਂ ਹੈਗਾ। ਬਿਲਕੁਲ ਠੀਕ ਹੈ ਭਾਈ, ਕੋਲੋਂ ਪੈਸੇ ਲਾਉਣ ਦਾ ਸਾਰਾ ਕੰਮ ਕਾਰ ਬਣਦਾ ਤਾਂ ਵੀ ਕੋਲੋਂ ਪੈਸੇ ਲਾਉਣ ਦਾ। ਲੱਡੂ ਭਾਜੀ ਹੋਣੀ, ਗੋਟੀ ਹੋਣੀ, ਭਾਈ ਹੋਣੀ, ਜਿੱਦਾਂ ਕਿ ਜੰਗ ਕਬੱਡੀ ਉਹ ਐਕਸਪੋਰਟ ਵਾਲੇ ਸਾਰੇ ਜਿੱਦਾਂ ਰਲ ਮਿਲ ਕੇ ਕੁਲਬੀਰ ਦੁੱਲੇ ਹੋਣੀ ਭਾਈ ਹੋਣੀ ਇੰਨਾ ਕਰਦੇ ਪਲੇਅਰਾਂ ਦਾ ਹਣਾ, ਜਿੱਦਾਂ ਕਿ ਰੋਮੀ ਸਾਹਿਬ ਹਨਾ ਭਾਈ, ਰਜੀਤ ਭਾਈ ਰਾਜਪੁਰਿਆਲ, ਕਿੰਨੇ ਬੰਦੇ ਸਿਰਫ ਉਹਨਾਂ ਨੂੰ ਕੁਝ ਨਹੀਂ ਫਾਇਦਾ ਜੀ, ਉਹ ਚਾਹੁੰਦੇ ਕਬੱਡੀ ਚੱਲਦੀ ਰਹੇ ਤੇ ਦਰਸ਼ਕਾਂ ਤੱਕ ਪਹੁੰਚਦੀ ਰਹੇ ਜੀ। ਬਿਲਕੁਲ, ਇਸ ਕਰਕੇ ਉਹ ਆਪਣੇ ਕੰਮ ਕਾਰ ਛੱਡ ਕੇ ਤਾਂ ਵੀ ਕਬੱਡੀ ਆਤੀ ਨਾ ਸੋਚਣ ਦਾ, ਤੇ ਸਲੂਟ ਆ ਇਹੋ ਜਿਹੇ ਪ੍ਰਮੋਟਰਾਂ ਨੂੰ ਜੀ। ਬਿਲਕੁਲ, ਅੱਛਾ ਗੁਰਦਿੱਤ, 2016 ਦੇ ਵਿੱਚ ਤੁਸੀਂ ਖੇਡਣਾ ਸ਼ੁਰੂ ਕੀਤਾ ਇੰਟਰਨੈਸ਼ਨਲ ਲੈਵਲ 'ਤੇ, ਇੰਟਰਨੈਸ਼ਨਲ ਲੈਵਲ 'ਤੇ ਖੇਡ ਕੇ ਗਏ ਹੋ, ਇਕੱਲਾ ਕਨੇਡਾ ਹੀ ਇਹੋ ਜਿਹੀ ਕੰਟਰੀ ਜਿੱਥੇ ਖੇਡੇ ਹੋ ਜਾਂ ਹੋਰਾਂ ਕੰਟਰੀਆਂ 'ਚ ਵੀ ਖੇਡੇ ਹੋ ਤੁਸੀਂ? ਨਹੀਂ ਭਾਜੀ, ਮੈਂ ਆਸਟ੍ਰੇਲੀਆ ਖੇਡਿਆ, ਦੁਬਈ ਖੇਡਿਆ ਅਤੇ ਮਲੇਸ਼ੀਆ ਖੇਡਿਆ ਜੀ। ਜੀ, ਅੱਛਾ, ਇਹਨਾਂ ਕੰਟਰੀਆਂ ਤੋਂ ਇਲਾਵਾ ਹੋਰ ਨਹੀਂ ਕਿਤੇ, ਕਦੇ ਪਾਕਿਸਤਾਨ ਗਏ ਹੋ? ਨਹੀਂ ਭਾਜੀ, ਪਾਕਿਸਤਾਨ ਨਹੀਂ ਗਿਆ, ਪਾਕਿਸਤਾਨ ਦਾ ਮੈਚ ਜ਼ਰੂਰ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ ਜਾਂ ਵਰਲਡ ਕਬੱਡੀ ਕੱਪ ਹੋਇਆ ਸੀ ਜੀ। ਉਸ ਤੋਂ ਪਹਿਲਾਂ ਵੀ ਪਾਕਿਸਤਾਨ ਨਾਲ ਪਲੇਅਰਾਂ ਨਾਲ ਤੁਸੀਂ ਕੈਨੇਡਾ ਤੇ ਖੇਡਦੇ ਰਹਿੰਦੇ ਹੋ? ਨਹੀਂ, ਉਸ ਤੋਂ ਪਹਿਲਾਂ ਨਹੀਂ ਖੇਡਿਆ ਸੀ, ਉਸ ਤੋਂ ਬਾਅਦ ਖੇਡਿਆ। ਉਸ ਤੋਂ ਬਾਅਦ 18 ਚ ਗਾਇਆ ਹੀਰਾ ਤੇ ਉਸ ਤੋਂ ਬਾਅਦ ਖੇਡਣਾ ਸ਼ੁਰੂ ਕੀਤਾ ਹੀਰੇ ਨਾਲ। 17 ਚ ਵੀ ਆਇਆ, 17 ਚ ਉਹ ਖੇਡਿਆ ਸੀ, ਆਪਾਂ ਇਹ ਫੈਡਰੇਸ਼ਨ ਚ ਖੇਡੇ, ਨੈਸ਼ਨਲ ਵੀ ਵਧੀਆ ਮੈਚ ਲੱਗਾ ਸੀ ਉਹਨਾਂ ਨਾਲ, ਉਹ ਤੋਂ ਬਾਅਦ ਇੱਥੇ ਆ ਗਈ ਤੇ ਉਹ ਵੱਖਰੇ ਹੋ ਗਏ, ਆਪਾਂ ਵੱਖਰੇ ਹੋ ਗਏ।